ਹੈਲੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਦੋਸਤੋ ਪੋਲੀਟੀਕਲ ਦੇ ਕੁਐਸਚਨਾਂ ਜੋ ਕਿ ਅੱਜ ਤੁਹਾਨੂੰ ਕਰਾਵਾਂਗਾ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਅਤੇ ਸਾਰੇ ਪੇਪਰਾਂ ਦੇ ਵਿੱਚ ਲਗਾਤਾਰਤਾ ਚ ਪੁੱਛੇ ਜਾ ਰਹੇ ਹਨ ਇਹ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰ ਦੇਣਾ ਤੇ ਭੈਣ ਭਰਾਵਾਂ ਦੇ ਵਿੱਚ ਦੋਸਤਾਂ ਮਿੱਤਰਾਂ ਦੇ ਵਿੱਚ ਤਾਂ ਜੋ ਇਹ ਸਾਰਿਆਂ ਤੱਕ ਕੁਐਸਚਨ ਪਹੁੰਚ ਸਕਣ ਤੇ ਜੇਕਰ ਚੈਨਲ ਦੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਕਿਉਂਕਿ ਬਹੁਤ ਜਾਦੇ ਵਧੀਆ ਕੰਟੈਂਟ ਹੈ ਜੋ ਕਿ ਇੱਥੇ ਦਿੱਤਾ ਜਾ ਰਿਹਾ ਹੈ ਜੇਕਰ ਤੁਹਾਨੂੰ ਵਧੀਆ ਲੱਗੇ ਕੰਟੈਂਟ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਦੇ ਕਮੈਂਟ ਦੇ ਵਿੱਚ ਕੋਈ ਨਾ ਕੋਈ ਚੀਜ਼ ਲਿਖਣਾ ਜ਼ਰੂਰ ਇਹਨਾਂ ਕੁਐਸਚਨਾਂ ਦੇ ਬਾਰੇ ਜਾਂ ਇਹਨਾਂ ਦੇ ਆਨਸਰ ਦੇ ਸਕਦੇ ਤੁਸੀਂ ਤਾਂ ਦੋਸਤੋ ਚਲਦੇ ਆਪਾਂ ਪਹਿਲੇ ਕੁਐਸਚਨ ਵੱਲ ਪਹਿਲਾ ਕੁਐਸਚਨ ਕਹਿੰਦਾ ਹੈ ਦੇਖੋ ਰਾਜ ਸਭਾ ਦਾ ਆਰਟੀਕਲ ਕਿੰਨਾ ਹੈ ਤਾਂ ਦੋਸਤੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਮਜ਼ੇਦਾਰ ਟ੍ਰਿਕ ਹੈ ਜੋ ਕਿ ਟ੍ਰਿਕ ਤੁਹਾਨੂੰ ਦੱਸੀ ਹੈ ਉਹ ਦੱਸੀ ਹੈ ਸੰਸਦ ਦੀ ਸੰਸਦ ਦੀ ਓਨਲੀ ਟ੍ਰਿਕ ਯਾਦ ਰੱਖਣੀ ਹੈ ਸ ਸ ਤੇ ਕੀ ਹੁੰਦਾ ਹੈ 7 ਹੁੰਦਾ ਦ ਦ ਤੇ ਹੁੰਦਾ ਹੈ 10 ਇੱਥੇ ਤੱਕ ਯਾਦ ਕੀਤਾ ਦਸਾਂ ਚੋਂ 1 ਘਟਾਇਆ ਕਿੰਨੇ ਰਹਿ ਗਏ 9 ਮਤਲਬ ਕਿ ਇਹ ਸੰਸਦ ਦਾ ਆਰਟੀਕਲ 79 ਹੁੰਦਾ ਹੈ ਦੋਸਤੋ ਇਹ ਕੀ ਹੈ ਸੰਸਦ ਦਾ ਆਰਟੀਕਲ ਹੈ 79 ਹੁਣ ਸੰਸਦ ਦੀ ਗੱਲ ਕੀਤੀ ਜਾਵੇ ਸੰਸਦ ਦਾ 79 ਹੈ ਤੇ ਇਸ ਦੇ ਦੋ ਸਦਨ ਹੁੰਦੇ ਹਨ ਇੱਕ ਉੱਪਰਲਾ ਸਦਨ ਇੱਕ ਹੇਠਲਾ ਸਦਨ ਉੱਪਰਲਾ ਸਦਨ ਕਿਸ ਨੂੰ ਕਹਿੰਦੇ ਹਨ ਰਾਜ ਸਭਾ ਨੂੰ ਸਰ ਜੀ ਕਹਿੰਦੇ ਹਨ ਤੇ ਹੇਠਲਾ ਸਦਨ ਕਿਸ ਨੂੰ ਕਹਿੰਦੇ ਹਨ ਲੋਕ ਸਭਾ ਨੂੰ ਕਹਿੰਦੇ ਹਨ ਤਾਂ ਦੋ ਦੋਨੋਂ ਪਤਾ ਹੈ ਬਸ 79 ਤੋਂ ਬਾਅਦ ਕੀ ਹੈ ਤੁਸੀਂ ਐਂਟੀ ਕਲੋਕਵਾਈ ਚੱਲਣਾ ਹੈ ਤਾਂ ਕਿੰਨਾ ਜਾਵੇਗਾ 80 ਆ ਜਾਵੇਗਾ ਤੇ 81 ਆ ਜਾਵੇਗਾ ਦੋਸਤੋ ਇਹ ਟ੍ਰਿਕ ਤੁਹਾਨੂੰ ਮੈਂ ਪਹਿਲਾਂ ਵੀ ਦੱਸੀ ਹੈ ਤੇ ਕੀ ਹੈ ਜਿੱਕਰ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਅੱਜ ਪਤਾ ਲੱਗ ਗਿਆ ਹੋਵੇਗਾ ਤਾਂ ਐਵੇਂ ਵੀ ਆਰਟੀਕਲ ਦੇ ਵਿੱਚ ਤੁਸੀਂ ਜਾਦੇ ਟਾਈਮ ਵੇਸਟ ਨਾ ਕਰੋ ਇਸ ਤਰ੍ਹਾਂ ਦੇ ਨਾਲ ਆਰਟੀਕਲ ਕਰੋ ਤਾਂ ਦੋਸਤੋ ਇਸ ਦਾ ਆਨਸਰ ਕਿੰਨਾ ਹੋ ਜਾਵੇਗਾ ਰਾਜ ਸਭਾ ਦਾ ਆਰਟੀਕਲ ਆਈ ਹੋਪ ਤੁਸੀਂ ਹੁਣ ਬਿਲਕੁਲ ਵੀ ਇਹ ਜੇਕਰ ਯਾਦ ਰੱਖੀ ਤਾਂ ਭੁੱਲੋਗੇ ਨਹੀਂ ਅਤੇ ਟ੍ਰਿਕ ਦੇ ਨਾਲ ਤੁਸੀਂ ਪੋਲੀਟੀਕਲ ਮੀਨਸ ਕਿ ਸਾਰੀ ਜੀਕੇ ਕਲਾ ਮੈਥ ਹੀ ਨਹੀਂ ਜੀਕੇ ਰੀਜ਼ਨਿੰਗ ਸਾਰਾ ਕੁਝ ਤੁਸੀਂ ਕੀ ਹੈ ਸਮਾਰਟਨੈਸ ਅਪਰੋਚ ਦੇ ਨਾਲ ਯੂਜ਼ ਕਰਕੇ ਟ੍ਰਿਕ ਯੂਜ਼ ਕਰਕੇ ਕਰ ਸਕਦੇ ਹੋ ਤਾਂ ਇਸ ਦਾ ਇਸ ਦਾ ਜੋ ਆਨਸਰ ਹੈ 80 ਆ ਜਾਵੇਗਾ ਦੋਸਤੋ ਚਲਦੇ ਆਪਾਂ ਨੈਕਸਟ ਕੁਐਸਚਨ ਵੱਲ ਕਹਿੰਦਾ ਹੈ ਭਾਰਤ ਵਿੱਚ ਕਿਸ ਪ੍ਰਕਾਰ ਦੀ ਸਰਕਾਰ ਹੈ ਤਾਂ ਦੋਸਤੋ ਦੇਖਿਆ ਜਾਵੇ ਸਰਕਾਰ ਦੀ ਗੱਲ ਆ ਗਈ ਤੁਹਾਨੂੰ ਮੈਂ ਦੱਸਿਆ ਸੀ ਸਰਕਾਰ ਦੇ ਕਿੰਨੇ ਅੰਗ ਹੁੰਦੇ ਹਨ ਤਿੰਨ ਅੰਗ ਹੁੰਦੇ ਹਨ ਸਰ ਜੀ ਸਾਨੂੰ ਪਤਾ ਹੈ ਤੇ ਜੇਕਰ ਦੇਖਿਆ ਜਾਵੇ ਕਿਹੜੇ-ਕਿਹੜੇ ਅੰਗ ਹਨ ਤਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਇੱਕ ਵਿਧਾਨਪਾਲਿਕਾ ਹੁੰਦਾ ਹੈ ਵਿਧਾਨਪਾਲਿਕਾ ਕਾਰਜਪਾਲਿਕਾ ਤੇ ਨਿਆਂਪਾਲਿਕਾ ਨਿਆਂਪਾਲਿਕਾ ਨੂੰ ਅਸੀਂ ਕੀ ਇਸ ਸਾਈਡ ਤੇ ਰੱਖਦੇ ਹਾਂ ਕਿਉਂਕਿ ਇੰਡੀਪੈਂਡੈਂਟ ਬਾਡੀ ਹੈ ਇਹ ਯਾਦ ਰੱਖਣਾ ਹੈ ਤੁਸੀਂ ਪੇਪਰ 'ਚ ਵਾਰ-ਵਾਰ ਪੁੱਛਿਆ ਜਾਂਦਾ ਹੈ ਇੰਡੀਪੈਂਡੈਂਟ ਬਾਡੀ ਹੈ ਬਟ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੋਨੇ ਮਿਲੀਆਂ ਹੋਈਆਂ ਹਨ ਬਟ ਇੱਥੇ ਕਹਿ ਰਿਹਾ ਹੈ ਭਾਰਤ ਵਿੱਚ ਕਿਸ ਪ੍ਰਕਾਰ ਦੀ ਸਰਕਾਰ ਹੈ ਜੇਕਰ ਦੋਸਤੋ ਇਹਨਾਂ ਨੂੰ ਚੰਗੀ ਤਰ੍ਹਾਂ ਦੇਖਣਾ ਹੈ ਤਾਂ ਪਹਿਲਾਂ ਵਾਲੀ ਵੀਡੀਓ ਦੇਖ ਲੈਣਾ ਜੋ ਕਿ ਇਹਨਾਂ ਦੇ ਮੈਂ ਕੁਐਸਚਨ ਬਾਰੇ ਉੱਥੇ ਉਸ ਬਾਰੇ ਐਕਸਪਲੇਨੇਸ਼ਨ ਦਿੱਤੀ ਸੀ ਅੱਜ ਇੱਥੇ ਆਪਾਂ ਇਸ ਕੁਐਸਚਨ ਬਾਰੇ ਗੱਲ ਕਰਾਂਗੇ ਤਾਂ ਫੈਡਰਲ ਸਿਸਟਮ ਯੂਨੀਟਰੀ ਸਿਸਟਮ ਬੋਥ ਜਾਂ ਪ੍ਰੈਜ਼ੀਡੈਂਸ਼ੀਅਲੀ ਤਾਂ ਦੋਸਤੋ ਪ੍ਰੈਜ਼ੀਡੈਂਸ਼ੀਅਲੀ ਹੈ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਇਹ ਬਹੁਤ ਇੰਪੋਰਟੈਂਟ ਕੁਸਚਨ ਹੈ ਕਿਉਂਕਿ ਸਭ ਤੋਂ ਪਹਿਲਾਂ ਸੰਵਿਧਾਨ ਜਿਸ ਦਾ ਬਣਿਆ ਸੀ ਯੂ ایس اے ਦਾ ਬਣਿਆ ਸੀ ਤੇ ਉੱਥੇ ਕੀ ਹੈ ਯਾਦ ਰੱਖਣਾ ਹੈ ਪ੍ਰੈਜ਼ੀਡੈਂਸ਼ੀਅਲੀ ਗਵਰਨਮੈਂਟ ਹੈ ਅਤੇ ਅਸੀਂ ਬੋਰੋ ਕੀਤੇ ਹਨ ਜਿੰਨੇ ਵੀ ਲਾਅ ਵਾਲੇ ਹਨ ਮਤਲਬ ਕੀ ਹੈ ਕਾਨੂੰਨ ਵਾਲੇ ਹਨ ਜਿਵੇਂ ਸੁਪਰੀਮ ਕੋਰਟ ਹੋ ਗਿਆ ਹਾਈ ਕੋਰਟ ਹੋ ਗਿਆ ਆ ਜੋ ਕੀ ਹੈ ਸਾਡੇ ਫੰਡਾਮੈਂਟਲ ਰਾਈਟਸ ਹੋਗੇ ਤੇ ਇੱਕ ਦੋ ਤਿੰਨ ਚੀਜ਼ਾਂ ਹੋਰ ਹਨ ਮਤਲਬ ਕਿ ਆ ਤਾਂ ਪੇਪਰ 'ਚ ਵਾਰ-ਵਾਰ ਪੁੱਛੇ ਜਾ ਰਹੇ ਹਨ ਤਾਂ ਇਸ ਤੋਂ ਇੱਥੇ ਕੀ ਹੈ ਜੋ ਆਨਸਰ ਹੈ ਹੁਣ ਫੈਡਰਲ ਭਾਰਤ ਵਿੱਚ ਕਿਸ ਪ੍ਰਕਾਰ ਦੀ ਸਰਕਾਰ ਹੈ ਯੂਨੀਟਰੀ ਯੂਨੀਟਰੀ ਦਾ ਮਤਲਬ ਕੀ ਹੁੰਦਾ ਹੈ ਦੋਸਤੋ ਯੂਨੀਟਰੀ ਦਾ ਮਤਲਬ ਹੁੰਦਾ ਹੈ ਯੂਨੀਕ ਵੱਖਰੀ ਵੱਖਰੀ ਪ੍ਰਣਾਲੀ ਹੈ ਇਸ ਨੂੰ ਵੱਖਰੀ ਵੀ ਕਹਿ ਸਕਦੇ ਹਾਂ ਅਸੀਂ ਵੱਖਰੀ ਹੈ ਫੈਡਰਲ ਮਤਲਬ ਕੀ ਹੈ ਪਾਵਰ ਡਿਸਟ੍ਰਿਬਿਊਸ਼ਨ ਹੋ ਜਾਂਦਾ ਜੋ ਕੀ ਹੈ ਅਸੀਂ ਕਿੱਥੋਂ ਲਿਆ ਹੈ ਕੈਨੇਡਾ ਤੋਂ ਲਿਆ ਹੈ ਕੈਨੇਡਾ ਤੋਂ ਲਿਆ ਹੈ ਫੈਡਰਲ ਸਿਸਟਮ ਫੈਡਰਲ ਮਤਲਬ ਕੀ ਹੈ ਸ਼ਕਤੀਆਂ ਦੀ ਵੰਡ ਯੂਨੀਟਰੀ ਮਤਲਬ ਸ਼ਕਤੀਆਂ ਇਕੱਲੀਆਂ ਸੈਂਟਰ ਕੋਲ ਹੁੰਦੀਆਂ ਹਨ ਤੇ ਇੱਥੇ ਕੀ ਆ ਜਾਵੇਗਾ ਆਨਸਰ ਇਸ ਦਾ ਫਿਰ ਕਿਸ ਪ੍ਰਕਾਰ ਦੀ ਸਰਕਾਰ ਹੈ ਸਾਡੇ ਸਰ ਜੀ ਫੈਡਰਲ ਵੀ ਹੈ ਤੇ ਯੂਨੀਟਰੀ ਵੀ ਹੈ ਮਤਲਬ ਕੀ ਆਨਸਰ ਆ ਜਾਵੇਗਾ ਬੋਥ ਉੱਥੇ ਤੁਸੀਂ ਕੀ ਹੈ ਡੂਲੂ ਨਹੀਂ ਮਝਵਾਉਣਾ ਬਹੁਤ ਘੈਂਟ ਕੁਐਸਚਨ ਹੈ ਇਹ ਤੇ ਇਸ ਤੋਂ ਅੱਗੇ ਚੱਲਦੇ ਆਪਾਂ ਅਗਲੇ ਕੁਐਸਚਨ ਵੱਲ ਦੋਸਤੋ ਕਹਿੰਦਾ ਹੈ ਭਾਰਤ ਵਿੱਚ ਫੈਡਰਲ ਅਤੇ ਯੂਨੀਟਰੀ ਦੋਵਾਂ ਤਰ੍ਹਾਂ ਦੀ ਸਰਕਾਰ ਹੈ ਇਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਦੋਸਤੋ ਇਸ ਦੇ ਵਿੱਚ ਹੁਣ ਦੇਖੋ ਆਪਾਂ ਹੁਣੇ ਪਿਛਲੇ ਕੁਐਸਚਨ ਦੇ ਵਾਂਗ ਫੈਡਰਲ ਵੀ ਹੈ ਜੋ ਕਿ ਕੈਨੇਡਾ ਤੋਂ ਲਿਆ ਹੈ ਯੂਨੀਟਰੀ ਵੀ ਹੈ ਮਤਲਬ ਕੀ ਹੈ ਯੂਨੀਕ ਹੈ ਵਕਰੀ ਹੈ ਜਿਸ ਵਿੱਚ ਪਾਵਰਾਂ ਇਕੱਲੀਆਂ ਸੈਂਟਰ ਕੋਲ ਹੁੰਦੀਆਂ ਹਨ ਫੈਡਰਲ ਦੇ ਵਿੱਚ ਪਾਵਰਾਂ ਸਾਰਿਆਂ ਦੇ ਕੋਲ ਨੂੰ ਪਾਵਰ ਡਿਸਟ੍ਰੀਬਿਊਸ਼ਨ ਹੁੰਦਾ ਹੈ ਸ਼ਕਤੀਆਂ ਦੀ ਵੰਡ ਹੁੰਦੀ ਹੈ ਕਿਥੇ ਕਿਥੇ ਕੇਂਦਰ ਦੇ ਵਿੱਚ ਰਾਜਾਂ ਵਿੱਚ ਤੇ ਪਿੰਡਾਂ ਵਿੱਚ ਮਤਲਬ ਕਿ ਫੈਡਰਲ ਹੈ ਫੈਡਰਲ ਸਿਸਟਮ ਹੈ ਇੱਥੇ ਹੈ ਫੁੱਲੀ ਫੈਡਰਲ ਦੇਖਦੇ ਹਾਂ ਕੋਸਈ ਫੈਡਰਲ ਯੂਨੀ ਫੈਡਰਲ ਤੇ A ਐਂਡ B ਤਾਂ ਪੇਪਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਆਹ অপਸ਼ਨ ਦੇਜ ਜਾਂਦੀ ਹੈ ਤਾਂ ਆਨਸਰ ਕੀ ਹੈ ਇੱਥੇ ਸਾਡਾ 99.9% ਆਨਸਰ ਇਹੀ ਲਾ ਕੇ ਆਉਂਦੇ ਹਨ ਤੇ ਹੁੰਦਾ ਵੀ ਇਹੀ ਹੈ ਬਟ ਜੇਕਰ ਤੁਸੀਂ ਇੱਥੇ ਲਾ ਦਿੱਤਾ ਤਾਂ ਇਹ ਕੀ ਹੋ ਜਾਵੇਗਾ ਤੁਹਾਡਾ ਗਲਤ ਹੋ ਜਾਵੇਗਾ ਡੋਲੂ ਮਾਜਿਆ ਜਾਵੇਗਾ ਬਟ ਇੱਥੇ ਕੀ ਹੈ ਫੈਡਰਲ ਵੀ ਹੈ ਤੇ ਯੂਨਿਟਰੀ ਵੀ ਹੈ ਤਾਂ ਦੋਨਾਂ ਦਾ ਕੀ ਹੈ ਇਸ ਨੂੰ ਇੱਕ ਨਾਮ ਦਿੱਤਾ ਗਿਆ ਹੈ ਕੋਜ਼ਾਈ ਫੈਡਰਲ ਮਤਲਬ ਕਿ ਇਹ ਇਸ ਦਾ ਆਨਸਰ ਹੈ ਕੁਆਸੀ ਫੈਡਰਲ ਵੀ ਕਹਿ ਦਿੰਦੇ ਹਨ ਤਾਂ ਰਾਈਟ ਆਨਸਰ ਹੈ ਯਾਦ ਰੱਖਣਾ ਹੈ ਇਹ ਅੱਗੇ ਦੇਖਿਆ ਜਾਵੇ ਕਹਿੰਦਾ ਹੈ ਜਦੋਂ ਨੈਸ਼ਨਲ ਐਮਰਜੈਂਸੀ ਲੱਗਦੀ ਹੈ ਤਾਂ ਉਸ ਸਮੇਂ ਕਿਸ ਤਰ੍ਹਾਂ ਦੀ ਸਰਕਾਰ ਹੁੰਦੀ ਹੈ ਤਾਂ ਦੋਸਤੋ ਦੇਖੋ ਕੁਐਸਚਨ ਜੇਕਰ ਵਧੀਆ ਲੱਗ ਰਹੇ ਹਨ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਤੇ ਨਿਊ ਵੀਵਰ ਦਾ ਸਬਸਕ੍ਰਾਈਬ ਕਰਦੇ ਵੀਡੀਓ ਦੇ ਸਾਰੇ ਕੁਐਸਚਨ ਬਹੁਤ ਘੈਂਟ ਹਨ ਤੁਸੀਂ ਦੇਖ ਕੇ ਜਾਣੇ ਹਨ ਪੂਰੇ ਐਂਡ ਤੱਕ ਕੁਐਸਚਨ ਦੇਖਣੇ ਹਨ ਅਤੇ ਮੈਂ ਕੱਲੇ ਆਨਸਰ ਨਹੀਂ ਦਗਾਦਾ ਨਾਲ ਨਾਲ ਤੁਹਾਨੂੰ ਕੀ ਹੈ ਉਸਦੀ ਐਕਸਪਲੇਨੇਸ਼ਨ ਵੀ ਦਿੰਨਾ ਵੀ ਕਿਹੜੇ ਕਿਹੜੇ ਕੁਐਸਚਨ ਉੱਥੇ ਬਣ ਸਕਦੇ ਹਨ ਤਾਂ ਦੇਖੋ ਇੱਥੇ ਨੈਸ਼ਨਲ ਐਮਰਜੈਂਸੀ ਦੀ ਗੱਲ ਆ ਜਾਵੇ ਤਾਂ ਸਭ ਤੋਂ ਪਹਿਲਾਂ ਤਾਂ ਕੀ ਹੈ ਇੰਪੋਰਟੈਂਟ ਕਿਹੜਾ ਕੁਐਸਚਨ ਬਣਦਾ ਹੁੰਦਾ ਹੈ ਕਿਹੜਾ ਆਰਟੀਕਲ ਹੈ ਜੋ ਆਟੋਮੈਟਿਕ ਸਸਪੈਂਡ ਮਤਲਬ ਕਿ ਆਟੋਮੈਟਿਕ ਸਸਪੈਂਡ ਹੋ ਜਾਂਦਾ ਹੈ ਤਾਂ ਆਰਟੀਕਲ 19 ਕਿਉਂਕਿ ਬੋਲਣ ਦਾ ਅਧਿਕਾਰ ਹੈ 6 ਐਕਸਪ੍ਰੈਸ਼ਨ ਦਿੱਤੇ ਗਏ ਹਨ ਪਰ ਕੀ ਹੈ ਜੇਕਰ emergancy ਲੱਗੀ ਹੋਵੇ ਤੇ ਲੋਕ ਚੁਗਲੀਆਂ ਕਰਨ ਬੋਲਣ ਤਾਂ ਕੀ ਹੈ ਉਹ ਨਾ ਕਰਨ ਜੇਕਰ ਬੋਲੇ ਤਾਂ ਕੀ ਹੈ ਅੱਗੇ ਪਤਾ ਲੱਗ ਜਵੀ ਗੱਲ ਸਾਰਿਆਂ ਨੂੰ ਪਤਾ ਹੈ ਬਟ ਜੇਕਰ ਉਹ ਕੀ ਹੈ ਫੰਡਾਮੈਂਟਲ ਰਾਈਟ ਹੀ ਖਤਮ ਕੀਤਾ ਜਾਵੇਗਾ ਤਾਂ ਕੀ ਹੈ ਆਬਵੀਅਸ ਹੈ ਉੱਥੇ ਉਹਨਾਂ ਤੇ ਧਾਰਾ ਜੋ ਲੱਗੀ ਹੋਵੇਗੀ ਉਸਤੇ ਅਕੋਰਡਿੰਗਲੀ ਕੀ ਹੈ ਉਹਨਾਂ ਤੇ ਕੀ ਹੈ ਕੋਈ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਉੱਥੇ ਫੰਡਾਮੈਂਟਲ ਰਾਈਟ ਜੋ 19 ਹੈ ਇਹ ਕੀ ਹੋ ਜਾਊਗਾ ਆਟੋਮੈਟਿਕ ਸਸਪੈਂਡ ਹੋ ਜਾਂਦਾ ਹੈ ਹਾਂਜੀ ਇੱਕ ਕੁਐਸਚਨ ਹੋਰ ਬੰਦਾ ਹੈ ਉਹ ਕਿਹੜੇ ਆਰਟੀਕਲ ਹਨ ਜੋ ਐਮਰਜੈਂਸੀ ਵੇਲੇ ਰਹਿੰਦੇ ਹਨ ਐਜ਼ ਇਟਸ ਰਹਿੰਦੇ ਹਨ ਉਹ ਹੈ ਆਰਟੀਕਲ 20 ਅਤੇ 21 ਆਰਟੀਕਲ 20 ਦੇ ਵਿੱਚ ਸਾਨੂੰ ਕਿਹਾ ਗਿਆ ਹੈ ਕਿ ਜੋ ਮ ਜੋ ਜੇਲ੍ਹਾਂ ਦੇ ਵਿੱਚ ਹਨ ਕੈਦੀ ਹਨ ਉਹਨਾਂ ਨੂੰ ਵੀ ਫੰਡਾਮੈਂਟਲ ਰਾਈਟ ਮਿਲੇ ਹਨ ਤਾਂ ਉਹਨਾਂ ਦੇ ਫੰਡਮੈਂਟਲ ਰਾਈਟ ਕਦੇ ਵੀ ਨਹੀਂ ਖੋਏ ਜਾ ਸਕਦੇ ਤਾਂ ਆਰਟੀਕਲ 20 ਇਹ ਕਹਿੰਦਾ ਹੈ ਤੇ 21 ਕਹਿੰਦਾ ਹੈ ਸਾਨੂੰ ਜਿਉਣ ਦਾ ਅਧਿਕਾਰ ਹੈ ਤਾਂ 21 ਦੇ ਵਿੱਚ ਏ ਆ ਗਿਆ ਤਾਂ ਇਹ ਮਤਲਬ ਕੀ ਹੈ 20 ਅਤੇ 21 ਐਮਰਜੈਂਸੀ ਵੇਲੇ ਕੀ ਹੈ ਖਤਮ ਨਹੀਂ ਹੋ ਸਕਦੇ ਤਾਂ ਦੋਸਤੋ ਐਮਰਜੈਂਸੀ ਜੋ ਹੈ ਨੈਸ਼ਨਲ ਐਮਰਜੈਂਸੀ ਨੂੰ ਛੱਡ ਕੇ ਐਮਰਜੈਂਸੀ ਨੈਸ਼ਨਲ ਐਮਰਜੈਂਸੀ ਹੈ ਜੋ ਇੱਕ ਇਸ ਦੇ ਵਿੱਚ ਆਹੀ ਦੋ ਕੁਐਸਚਨ ਪੁੱਛੇ ਜਾਂਦੇ ਹਨ ਵਾਰ-ਵਾਰ ਪੁੱਛੇ ਜਾਂਦੇ ਹਨ ਅਤੇ ਇੱਥੇ ਕੀ ਹੈ ਜੋ ਪੁੱਛਦਾ ਹੈ ਇੱਥੇ ਇਸ ਨੇ ਪੁੱਛਿਆ ਹੈ ਕਿ ਉਸ ਸਮੇਂ ਕਿਸ ਤਰ੍ਹਾਂ ਦੀ ਸਰਕਾਰ ਹੁੰਦੀ ਹੈ ਨੈਸ਼ਨਲ ਐਮਰਜੈਂਸੀ ਵਲੇ ਤਾਂ ਦੇਖੋ ਆ ਕੀ ਹੈ ਭਾਰਤ ਹੈ ਤੇ ਜਦੋਂ ਕੀ ਇਹ ਸਿੰਪਲ ਚੱਲ ਰਿਹਾ ਤਾਂ ਉਦੋਂ ਦਾ ਫੈਡਰਲ ਸਿਸਟਮ ਮਤਲਬ ਕੀ ਹੈ ਸੈਂਟਰ ਦੇ ਵਿੱਚ ਸਟੇਟ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਵਿਲੇਜ ਚ ਕੀ ਹੈ ਪਾਵਰ ਡਿਸਟ੍ਰੀਬਿਊਸ਼ਨ ਹੋ ਰਹੀ ਹੈ ਬਟ ਜਦੋਂ ਕੀ ਹੈ ਐਮਰਜੈਂਸੀ ਲੱਗ ਗਈ ਤਾਂ ਕੱਲੀ ਕਿੱਥੇ ਆ ਜਾਵੇਗੀ ਫਿਰ ਸੈਂਟਰ ਦੇ ਕੋਲ ਮਤਲਬ ਕਿ ਇੰਡੀਆ ਦੀ ਪਾਵਰ ਪ੍ਰਧਾਨ ਮੰਤਰੀ ਦੀ ਪਾਵਰ ਹੀ ਰਹਿੰਦੀ ਹੈ ਜਦੋਂ ਕੀ ਹੈ ਰਾਸ਼ਟਰਪਤੀ ਰਾਜ ਲੱਗ ਜਾਂਦਾ ਹੈ ਤਾਂ ਮਤਲਬ ਕਿ ਆ ਇੱਥੇ ਪਾਵਰ ਡਿਸਟ੍ਰੀਬਿਊਸ਼ਨ ਕੀ ਹੁੰਦਾ ਹੈ ਨਹੀਂ ਹੁੰਦੀ ਇੱਥੇ ਪਾਵਰ ਡਿਸਟ੍ਰੀਬਿਊਸ਼ਨ ਸ਼ਕਤੀਆਂ ਦੀ ਵੰਡ ਹੁੰਦੀ ਹੈ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਤਾਂ ਦੋਸਤੋ ਏ ਜੋ ਚੀਜ਼ ਹੈ ਕਿ ਇੱਥੇ ਜਦੋਂ ਐਮਰਜੈਂਸੀ ਲੱਗਦੀ ਹੈ ਤਾਂ ਉਸ ਸਮੇਂ ਕਿਸ ਤਰ੍ਹਾਂ ਦੀ ਸਰਕਾਰ ਹੁੰਦੀ ਹੈ ਤਾਂ ਓਬਵੀਅਸ ਹੈ ਪਾਵਰ ਡਿਸਟ੍ਰੀਬਿਊਸ਼ਨ ਨਹੀਂ ਹੁੰਦੀ ਤਾਂ ਇਹ ਵੀ ਸੈਂਟਰ ਹੈ ਤੇ ਇਹ ਵੀ ਸੈਂਟਰ ਹੈ ਮਤਲਬ ਕੀ ਹੈ ਸੈਂਟਰ ਦੀ ਗਵਰਨਮੈਂਟ ਹੁੰਦੀ ਹੈ ਤੇ ਉਸ ਨੂੰ ਅਸੀਂ ਕੀ ਜਾਣਦੇ ਹਾਂ ਯੂਨੀਟਰੀ ਗਵਰਨਮੈਂਟ ਮਤਲਬ ਕੀ ਹੈ ਵੱਖਰੀ ਸਰਕਾਰ ਉਸ ਨੂੰ ਕਿਹਾ ਜਾਂਦਾ ਹੈ ਯੂਨੀਟਰੀ ਗਵਰਨਮੈਂਟ ਕਿਹਾ ਜਾਂਦਾ ਹੈ ਕੁਆਜ਼ਾਈ ਫੈਡਰਲ ਉਦੋਂ ਹੁੰਦੀ ਹੈ ਜਦੋਂ ਕਿ ਐਮਰਜੈਂਸੀ ਨਹੀਂ ਲੱਗੀ ਹੁੰਦੀ ਸੈਂਟਰ ਦੀ ਵੀ ਸਰਕਾਰ ਹੁੰਦੀ ਹੈ ਤੇ ਫੈਡਰਲ ਵੀ ਹੁੰਦੀ ਹੈ ਤਾਂ ਉਸ ਨੂੰ ਨਾਮ ਦਿੱਤਾ ਜਾਂਦਾ ਹੈ ਕੋਜ਼ਾਈ ਫੈਡਰਲ ਹਾਂਜੀ ਦੋਸਤੋ ਇਹ ਡੋਲੂ ਮੰਜਣ ਵਾਲਾ ਕੁਐਸਚਨ ਬਣ ਸਕਦਾ ਹੈ ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਇਹਨਾਂ ਵਿੱਚੋਂ ਕਿਹੜੀ ਹੈ ਜੋ ਕਿ ਸਾਡੀ ਸਰਕਾਰ ਹੈ ਭਾਰਤ ਦੀ ਸਰਕਾਰ ਹੈ ਏ ਬੀ ਯੂਨੀਟਰੀ ਦਿੱਤਾ ਹੈ ਜਿਵੇਂ ਫੈਡਰਲ ਤੱਕ ਕੋਜ਼ਾਈ ਫੈਡਰਲ ਡੀ ਦੇ ਜਗ੍ਹਾ ਤੇ ਇੱਥੇ ਪਾ ਦੇ ਬੋਥ ਏ ਐਂਡ ਬੀ ਦੋਨੋਂ ਏ ਅਤੇ ਬੀ ਤੱਕ ਦੇ ਤੁਸੀਂ ਉਹ ਲਾਓ ਤਾਂ ਗਲਤ ਹੋ ਜਾਓਗੇ ਡੋਲੂ ਮਾਜਿਆ ਜਾਵੇਗਾ ਕੋਜ਼ਾਈ ਫੈਡਲ ਉਹਦੋਂ ਕੀ ਆਨਸਰ ਆਵੇਗਾ ਇਹ ਤੁਹਾਨੂੰ ਮੈਂ ਦੱਸਿਆ ਹੈ ਤੁਹਾਡੀ ਸੇਫਟੀ ਦੇ ਲਈ ਦੱਸਿਆ ਹੈ ਦੋਸਤੋ ਵੈਸੇ ਤੁਹਾਨੂੰ ਮੈਂ ਚੰਦ ਕੁ ਮਿੰਟਾਂ ਦੇ ਵਿੱਚ ਹੀ ਇਹ ਗੱਲ ਦੱਸ ਦਿੱਤੀ ਹੈ ਜੋ ਕਿ ਟੌਪਿਕ ਵਾਈਜ਼ ਪੜ੍ਹਗੇ ਤਾਂ ਉਹ ਕਾਫੀ ਲੰਬੀਤ ਬਣ ਜਾਂਦਾ ਹੈ ਬਹੁਤ ਚੀਜ਼ਾਂ ਵਿੱਚ ਦੱਸਿਆਂ ਦੀਆਂ ਬਟ ਪੇਪਰ ਦੇ ਵਿੱਚ ਸਵਾਲ ਤਾਂ ਇੱਕ ਨੰਬਰ ਦਾ ਆਉਣਾ ਹੁੰਦਾ ਤੇ ਜਿਹੜੀ ਜੀ ਪੁੱਛਦਾ ਹੈ ਐਗਜ਼ਾਮੀਨਰ ਮੈਂ ਤੁਹਾਨੂੰ ਉਹ ਦੱਸ ਦਿੱਤੀ ਹੈ ਵਧੀਆ ਲੱਗੀ ਜਾਣਕਾਰੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਵੱਧ ਵੱਧ ਸ਼ੇਅਰ ਕਰ ਦਿਓ ਦੋਸਤੋ ਅੱਗੇ ਕਹਿੰਦਾ ਹੈ ਸ਼ਕਤੀਆਂ ਦੀ ਵੰਡ ਦੋਸਤੋ ਦੇਖੋ ਹੁਣ ਅੱਗੇ ਕੁਐਸਚਨ ਜਿੰਨੇ ਵੀ ਹੋਣਗੇ ਤੁਸੀਂ ਕੀ ਐ ਫਟਾਫਟ ਕਰ ਦੋਗੇ ਕਿਉਂਕਿ ਸਰ ਜੀ ਸਾਨੂੰ ਉਸ ਬਾਰੇ ਪਤਾ ਲੱਗ ਗਿਆ ਹੈ ਤੁਸੀਂ ਦੱਸ ਦਿੱਤਾ ਹੈ ਤਾਂ ਬਹੁਤ ਵਧੀਆ ਹੈ ਵੈਲੈਂਟ ਗੁੱਡ ਹੈ ਤੁਹਾਡੇ ਲਈ ਦੋਸਤੋ ਅਗਲਾ ਕਹਿੰਦਾ ਹੈ ਸ਼ਕਤੀਆਂ ਦੀ ਵੰਡ ਪਾਵਰ ਡਿਸਟ੍ਰਿਬਿਊਸ਼ਨ ਅਸੀਂ ਹੁਣੇ ਗੱਲ ਕੀਤੀ ਹੈ ਕੈਨੇਡਾ ਤੋਂ ਲਿਆ ਹੈ ਫੈਡਰਲ ਸਿਸਟਮ ਪਾਵਰ ਡਿਸਟ੍ਰਿਬਿਊਸ਼ਨ ਕਿਸ ਤਰ੍ਹਾਂ ਦੀ ਸਰਕਾਰ ਹੁੰਦੀ ਹੈ ਤਾਂ ਫੈਡਰਲ ਹੁੰਦੀ ਹੈ ਇਹ ਕਿੱਥੋਂ ਲਿਆ ਹੈ ਯਾਦ ਰੱਖਣਾ ਨਾਲ ਕੈਨੇਡਾ ਤੋਂ ਅਸੀਂ ਲਿਆ ਹੈ ਤਾਂ ਫੈਡਰਲ ਸਿਸਟਮ ਆ ਜਾਵੇਗਾ ਕੋਈ ਯੂਨੀਟਰੀ ਨਹੀਂ ਕੋਈ ਕੁਆਜ਼ੀ ਫੈਡਰ ਫੈਡਰੇਸ਼ਨ ਨਹੀਂ ਕੁਆਜ਼ੀ ਫੈਡਰਲ ਨਹੀਂ ਤਾਂ ਇਹ ਕੀ ਹੈ ਫੈਡਰਲ ਆਵੇਗਾ ਕੱਲਾ ਅਗਲਾ ਕੁਐਸਚਨ ਕਹਿੰਦਾ ਹੈ ਦੋਸਤੋ ਜਿਸ ਵਿੱਚ ਪਾਵਰ ਸਿਰਫ ਸੈਂਟਰ ਕੋਲ ਹੀ ਹੁੰਦੀ ਹੈ ਉਸ ਨੂੰ ਕਿਹੜੀ ਗਵਰਨਮੈਂਟ ਕਹਿੰਦੇ ਹਨ ਤਾਂ ਸਾਨੂੰ ਪਤਾ ਹੈ ਜਿਹੜੀ ਸੈਂਟਰ ਕੋਲੋਂ ਦੀ ਉਸ ਨੂੰ ਕੀ ਵੱਖਰੀ ਸਰਕਾਰ ਕਹਿੰਦੇ ਹਨ ਤਾਂ ਉਸ ਨੂੰ ਕੀ ਕਹਿੰਦੇ ਹਨ ਯੂਨੀਟਰੀ ਗਵਰਨਮੈਂਟ ਕਹਿੰਦੇ ਹਨ ਤਾਂ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਕਿ ਤੁਸੀਂ ਹੁਣ ਕੋਈ ਵੀ ਕੁਐਸਚਨ ਗਲਤ ਨਹੀਂ ਕਰੋਗੇ ਤੇ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਰਹਿਣ ਵਾਲੇ ਹਨ ਕੁਐਸਚਨ ਕਿਉਂਕਿ ਸਾਨੂੰ ਸਰਜੀ ਆਉਣ ਲੱਗ ਗਏ ਹਨ ਇਸ ਤਰ੍ਹਾਂ ਦੇ ਕੁਐਸਚਨ ਅਗਲਾ ਕੁਐਸਚਨ ਕਹਿੰਦਾ ਯੂਨੀਟਰੀ ਗਵਰਨਮੈਂਟ ਕਦੋਂ ਹੁੰਦੀ ਹੈ ਤਾਂ ਪੁੱਛ ਲਿਆ ਤਾਂ ਸਾਨੂੰ ਪਤਾ ਹੈ ਕਿ ਜਦੋਂ ਐਮਰਜੈਂਸੀ ਲੱਗਦੀ ਹੈ ਜਿਸ ਵੇਲੇ ਇਹਨੇ ਕੀ ਪੁੱਛਿਆ ਯੂਨੀਟਰੀ ਗਵਰਨਮੈਂਟ ਕਦੋਂ ਹੁੰਦੀ ਹੈ ਤਾਂ ਆਪਸ਼ਨਾਂ ਦੇਖ ਲੈਣੇ ਆ ਜਿਸ ਵੇਲੇ ਸਾਰੀਆਂ ਸ਼ਕਤੀਆਂ ਸੈਂਟਰ ਗਵਰਨਮੈਂਟ ਕੋਲ ਚਲੀਆਂ ਜਾਂਦੀਆਂ ਹਨ ਜਿਸ ਵੇਲੇ ਸਾਰੀਆਂ ਸ਼ਕਤੀਆਂ ਸਟੇਟ ਗਵਰਨਮੈਂਟ ਕੋਲ ਚਲੀਆਂ ਜਾਂਦੀਆਂ ਜਿਸ ਵੇਲੇ ਸਾਰੀਆਂ ਸ਼ਕਤੀਆਂ ਸੈਂਟਰ ਐਂਡ ਸਟੇਟ ਕੋਲ ਚਲੀਆਂ ਜਾਂਦੀਆਂ ਹਨ ਤੇ ਇਹਨਾਂ ਵਿੱਚ ਕੋਈ ਨਹੀਂ ਤਾਂ ਆਨਸਰ ਕੀ ਹੋ ਜਾਵੇਗਾ ਸਾਡਾ ਏ ਆਪਸ਼ਨ ਹੋ ਜਾਵੇਗਾ ਕਦੋਂ ਹੁੰਦੀ ਹੈ ਵੱਖਰੀ ਸਰਕਾਰ ਜਦੋਂ ਸੈਂਟਰ ਗਵਰਨਮੈਂਟ ਕੋਲ ਹੁੰਦੀਆਂ ਹਨ ਐਮਰਜੈਂਸੀ ਲੱਗਦੀ ਹੁੰਦੀ ਹੈ ਤਾਂ ਕੀ ਹੈ ਏ ਇਸ ਦਾ ਆਨਸਰ ਹੋ ਜਾਵੇਗਾ ਜੋ ਕਿ ਪਹਿਲੀ অপਸ਼ਨ ਹੈ ਤੇ ਅੱਗੇ ਕਹਿੰਦਾ ਹੈ ਦੋਸਤੋ ਫੈਡਰਲ ਗਵਰਨਮੈਂਟ ਵਿੱਚ ਸਰਕਾਰਾਂ ਦੀਆਂ ਸ਼ਕਤੀਆਂ ਦੀ ਵੰਡ ਕਿੰਨਾ ਵਿਚਾਰ ਹੁੰਦੀ ਹੈ ਤਾਂ ਸਾਨੂੰ ਪਤਾ ਹੈ ਕਿ ਫੈਡਰਲ ਸਿਸਟਮ ਭਾਵੇਂ ਸੁਪਰੀਮ ਕੋਰਟ ਹੋਵੇ ਉਸ ਤੋਂ ਥੱਲੇ ਹੋਵੇਗਾ ਹਾਈ ਕੋਰਟ ਉਸ ਤੋਂ ਥੱਲੇ ਹੋਵੇਗਾ ਸਬੋਡੀਨੇਟ ਕੋਰਟਸ ਤਾਂ ਫੈਡਰਲ ਸਿਸਟਮ ਚੱਲ ਰਿਹਾ ਹੈ ਜੇਕਰ ਹਰੇਕ ਸਟੇਟ ਦੀ ਹਾਈ ਕੋਰਟ ਹੈ ਤੇ ਇੱਕੋ ਸੁਪਰੀਮ ਕੋਰਟ ਹੈ ਸਾਰਿਆਂ ਨੂੰ ਪਤਾ ਹੈ ਦੋਸਤੋ ਕਮੈਂਟ ਬਾਕਸ ਵਿੱਚ ਦੱਸ ਦੇਣਾ ਸੁਪਰੀਮ ਕੋਰਟ ਸਾਡੀ ਕਿਹੜੀ ਸਟੇਟ ਦੇ ਵਿੱਚ ਹੈ ਤੇ ਕੀ ਹੈ ਕਦੋਂ ਬਣੀ ਸੀ ਇਹ ਯਾਦ ਇਹ ਤੁਸੀਂ ਕੀ ਹੈ ਯਾਦ ਵੀ ਰੱਖਣਾ ਹੈ ਤੇ ਕਮੈਂਟ ਬਾਕਸ ਵਿੱਚ ਦੱਸਣਾ ਵੀ ਹੈ ਦੋਸਤੋ ਤਾਂ ਫੈਡਰਲ ਗਵਰਨਮੈਂਟ ਦੇ ਵਿੱਚ ਕੀ ਹੁੰਦਾ ਹੈ ਪਾਵਰਾਂ ਕਿੱਥੇ-ਕਿੱਥੇ ਹੁੰਦੀਆਂ ਹਨ ਤੁਹਾਨੂੰ ਮੈਂ ਹੁਣੇ ਦੱਸਿਆ ਹੈ ਇੱਕ ਤਾਂ ਸਭ ਜੀ ਸਾਡੀ ਸੈਂਟਰ ਕੋਲ ਹੁੰਦੀ ਹੈ ਕੇਂਦਰ ਕੋਲ ਤਾਂ ਹੋਵੇਗੀ ਹੋਵੇਗੀ ਇੱਕ ਸਟੇਟ ਕੋਲ ਹੋਵੇਗੀ ਤੇ ਇੱਕ ਰਿਜੀਨ ਕੋਲ ਹੋਵੇਗੀ ਇਹ ਤੁਹਾਡਾ ਡੋਲੂ ਮੰਜਨ ਵਾਲਾ ਕੁਚਨ ਹੈ ਤੇ ਕਾਲੀ ਕਾਲੀ ਦੇ ਵਿੱਚ ਇੱਥੇ ਲਾਉਂਗੇ ਤਾਂ ਹੋ ਜਾਵੇਗਾ ਗਲਤ ਕਿਉਂ ਗਲਤ ਹੋਵੇਗਾ ਕਿਉਂਕਿ ਤੁਸੀਂ ਮਗਰਲੀ ਆਪਸ਼ਨਾਂ ਦਾ ਦੇਖਣੀ ਹੈ ਨਹੀਂ ਤੁਸੀਂ ਕਹੋਗੇ ਸੈਂਟਰ ਸਟੇਟ ਬਸ ਲਾਉ ਜੀ ਇਸ ਤਰ੍ਹਾਂ ਹੁੰਦਾ ਹੈ ਪੇਪਰ ਦੇ ਵਿੱਚ ਬਟ ਦੋਸਤੋ ਤੁਸੀਂ ਗਲਤੀ ਨਹੀਂ ਕਰਨੀ ਸੈਂਟਰ ਵੀ ਪੜਨਾ ਹੈ ਸਟੇਟ ਵੀ ਤੇ ਵਿਲੇजेस ਵੀ ਮਤਲਬ ਕਿ ਕੇਂਦਰ ਵੀ ਰਾਜ ਵੀ ਤੇ ਪਿੰਡ ਵੀ ਬਿੰਡਾਂ ਚ ਪੰਚਾਇਤਾਂ ਹੁੰਦੀਆਂ ਹਨ ਤਾਂ ਇਹ ਕੀ ਹੋ ਜਾਵੇਗਾ ਸਾਡਾ ਰਾਈਟ ਆਨਸਰ ਹੋ ਜਾਵੇਗਾ ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ ਧੰਨਵਾਦ ਜੀ ਤਾਂ ਮਤਲਬ ਕੀ ਹੈ ਜਿੰਨੇ ਵੀ ਕੁਐਸਚਨ ਤੁਹਾਨੂੰ ਕਰਵਾਏ ਹਨ ਜੇਕਰ ਤੁਹਾਨੂੰ ਕੀ ਹੈ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਬੰਦਾ ਹੈ ਜੇਕਰ ਲਾਈਕ ਕੀਤਾ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਵੀ ਬੰਦਾ ਹੈ ਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਕੀ ਹੈ ਸਬਸਕ੍ਰਾਈਬ ਵੀ ਕਰੋ ਤੇ ਕਮੈਂਟ ਕਰਨਾ ਹੈ ਤੁਸੀਂ ਆਪ ਦਾ ਕੌਨਫੀਡੈਂਸ ਇਨਕਰੀਜ਼ ਕਰਨ ਦੇ ਲਈ ਆਪਦੀ ਨੌਲੇਜ ਚੈੱਕ ਕਰਨ ਦੇ ਲਈ ਵੀ ਸਾਨੂੰ ਇਹ ਕੁਐਸਚਨ ਆਉਂਦਾ ਹੈ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ